ਜੀਨਸ ਬੈਗ ਬਹੁਤ ਹੀ ਵਧੀਆ ਉਦਾਹਰਣ ਹੈ ਥੋੜ੍ਹੇ ਵਿੱਚ ਬਹੁਤੇ ਦਾ। ਜੀਨਸ ਜਦੋਂ ਪੁਰਾਣੀ ਹੋ ਜਾਂਦੀ ਹੈ ਤਾਂ ਗੋਡਿਆਂ ਤੋਂ ਘਸ ਜਾਂਦੀ ਹੈ, ਪਰ ਤੁਸੀਂ ਇਸ ਨੂੰ ਸਿਉਂ ਕੇ ਬਹੁਤ ਵਧੀਆ ਬੈਗ ਬਣਾ ਸਕਦੇ ਹੋ। ਇਹ ਬੈਗ ਬਹੁਤ ਖੁੱਲ੍ਹਾ ਡੁੱਲਾ ਹੁੰਦਾ ਹੈ ਅਤੇ ਤੁਸੀਂ ਇਸ ਵਿੱਚ ਢੇਰ ਸਾਰਾ ਸਮਾਨ ਪਾ ਸਕਦੇ ਹੋ। ਬੈਗ ਨੂੰ ਕਾਫੀ ਜੇਬਾਂ ਲਗਾ ਸਕਦੇ ਹੋ। ਇਸ ਵਿੱਚ ਤੁਸੀਂ ਦਾਲਾਂ ਆਦਿ ਦਾ ਸਮਾਨ, ਰਾਸ਼ਨ ਵੀ ਪਾ ਸਕਦੇ ਹੋ। ਜੀਨਸ ਦਾ ਬੈਗ ਬੇਹੱਦ ਮਜ਼ਬੂਤ ਹੁੰਦਾ ਹੈ। ਤੁਸੀਂ ਇਸ ਦੀਆਂ ਸਾਰੀਆਂ ਜੇਬਾਂ ਭਰ ਕੇ ਪੂਰੇ ਬੈਗ ਵਿੱਚ ਢੇਰ ਸਾਰਾ ਸਮਾਨ ਪਾ ਸਕਦੇ ਹੋ। ਲੱਖਾਂ ਜੀਨਸ ਹਰ ਸਾਲ ਸਿੱਟੀਆਂ ਜਾਂਦੀਆਂ ਹਨ। ਇਹ ਇੱਕ ਵਧੀਆ ਤਰੀਕਾ ਹੈ ਕਿ ਸਿੱਟਣ ਵਾਲੇ ਸਮਾਨ ਨੂੰ ਡਿਜ਼ਾਈਨਰ ਬੈਗ ਬਣਾਉਣ ਲਈ। ਇਸ ਲਈ ਤੁਸੀਂ ਰੀਸਾਈਕਲ ਰੀਯੂਜ਼ ਦੇ ਅਖੀਰ ਵਿੱਚ ਇੱਕ ਕੂਲ ਅਤੇ ਲਾਭਦਾਇਕ ਬੈਗ ਬਣਾ ਸਕਦੇ ਹੋ। ਇਹ ਬਹੁਤ ਵਧੀਆ ਤਰੀਕਾ ਹੈ।